ਸਾਲਾ ਬਹਿੜਿਆਂ ਦਾ ਕਿਸੇ ਨਾਲ ਕਿਵੇਂ ਗੱਲ ਕਰੀ ਦੀ ਹੈ ਕਿਸੇ ਨੇ ਸਿਖਾਇਆ ਨਹੀਂ ਬੇਵਕੂਫ ਪਾਗਲ ਬਦਤਮੀਜ ਗਧਾ ਆਪ ਬਕਵਾਸ ਕਿਹਨੂੰ ਕਰ ਰਿਹਾ ਹੋ ਉਹ ਡੈਡੀ ਜੀ ਮੈਂ ਨਹੀਂ ਕਹਿ ਰਿਹਾ ਉਹ ਕਹਿ ਰਿਹਾ ਵਾ ਘੱਟੋ ਘੱਟ ਕਮਰਾ ਕਿਰਾਏ ਤੇ ਦੇਣ ਤੋਂ ਪਹਿਲਾਂ ਬੰਦਾ ਚੈੱਕ ਤਾਂ ਕਰ ਲਿਆ ਕਰੋ ਨਾ ਚੈੱਕ ਕਰਨ ਨੂੰ ਮੈਂ ਕਿਰਾਏਦਾਰਾਂ ਦੀ ਪਹਿਲਾਂ ਏਸੀ ਜੀ ਕਰਾਇਆ ਕਰਾਂ ਨਾ ਕਹਿੰਦਾ ਕੀ ਆ ਉਹ ਕਹਿੰਦਾ ਕੀ ਆ ਗਾਲਾਂ ਕੱਢਦਾ ਗਾਲਾਂ ਉਹ ਇੰਨੀਆਂ ਗਾਲਾਂ ਤਾਂ ਤੁਹਾਨੂੰ ਕਿਸੇ ਕੇਸ ਆ ਰਹੇ ਹੋਏ ਕਲਾਇੰਟ ਨੇ ਨਹੀਂ ਕੱਢੀਆਂ ਹੋਣੀਆਂ ਜਿੰਨੀਆਂ ਤੁਹਾਨੂੰ ਦੋਹਾਂ ਨੂੰ ਉਹ ਕੱਢਦਾ ਨਾ ਮੈਨੂੰ ਕਿਉਂ ਬਣਦੇ ਤਾਂ ਕੱਲੇ ਡੈਡੀ ਦੀਆਂ ਨੇ ਉਹ ਜੀ ਦੀ ਇਹੋ ਜੀ ਗੰਦੀ ਔਲਾਦ ਹੋਊ ਲੋਕੀ ਗੰਦੀਆਂ ਗੰਦੀਆਂ ਗਾਲਾਂ ਤਾਂ ਕੱਢਣ ਗਈ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਪਰ ਮੈਂ ਕਿਉਂ ਬਣਦਾ ਤਾਂ ਕੱਲੇ ਵੀਰ ਦਾ ਕੀ ਮੈਂ ਦੇਖਦਾ ਉਹਨੂੰ ਉਹ ਬਹਿ ਜਾ ਵੀਰ ਇਹ ਜਿਹੜੇ ਮੂੰਹ ਨਹੀਂ ਲੱਗੀਦਾ ਦੂਰ ਹੀ ਰਹੀਦਾ ਨਾ ਦੂਰ ਨੂੰ ਹੁਣ ਅਸੀਂ ਕਿਤੇ ਜਾ ਕੇ ਬਾਹਰ ਰਹਿਣ ਲੱਗ ਜਾਈਏ ਤੁਰ ਜਾ ਜਿਹੋ ਜੇ ਆਲੇ ਉਹੋ ਜੇ ਕੁੱਜੇ ਸਾਲਾ ਯਾਰ ਤਾਂ ਤੇਰਾ ਹੀ ਆ ਦੇਖ ਲੂੰਗਾ ਮੈਂ ਉਹਨੂੰ ਢਿੱਲੋ ਨੇ ਐਵੇਂ ਨਹੀਂ ਕਾਲਾ ਕੋਟ ਪਾਇਆ ਆਹੋ ਰਫੂ ਕਰਾ ਕੇ ਪਾਇਆ ਉਹ ਤੇਰੀ ਮੈਂ ਕੱਢੋ ਕੱਢੋ ਨਾ ਗਾਲ ਕੱਢੀ ਦੋ ਅੱਜ ਸਾਲਿਆ ਤੇਰਾ ਕੀ ਜਾਣਾ ਗਾਲ ਤਾਂ ਮੇਰੀ ਘਰ ਵਾਲੀ ਨੂੰ ਲੱਗਣੀ ਆ ਓ ਤੂੰ ਕਿੱਧਰ ਪੱਠੇ ਤੇ ਚੱਲਿਆ ਨੀ ਮੈਂ ਕਿਹੜੇ ਤੇਰੇ ਪਿਓ ਦਾ ਇਹੋ ਜਿਹਾ ਪੱਠਾ ਹੋਏ ਜਿਹੜਾ ਅੱਧੀ ਰਾਤ ਤੱਕ ਭਖਦਾ ਉਹੋ ਜੀ ਇੱਕ ਵੱਡਾ ਆਰਡਰ ਮਿਲਿਆ ਜੀ ਥੋੜੇ ਦਿਨ ਤਾਂ ਡੈਡੀ ਜੀ ਰਾਤ ਨੂੰ ਪੱਠਾ ਪਖਾਉਣਾ ਹੀ ਪੈਣਾ ਹੁਣ ਪਖਾਉਣਾ ਹੀ ਪੈਣਾ ਚੱਲ ਦਫਾ ਹੋ ਜਾ